ਮਾਂ ਮਾਤਾ ਗੁਜਰੀ ਸਾਹਿਬ ਵੀ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ ਗਏ। ਸੂਬੇ ਵੱਲੋਂ ਹੁਕਮ ਲਾਇਆ ਗਿਆ ਵੀ ਇਹਨਾਂ ਤਿੰਨਾਂ ਜਣਿਆਂ ਦੀਆਂ ਲਾਸ਼ਾਂ ਚੁੱਕ ਕੇ ਬਾਹਰ ਕਿਲੇ ਦੀ ਕੰਧ ਕੋਲੇ ਰੱਖ ਦੇਵੋ, ਜਿੱਥੋਂ ਸ਼ਹਿਰ ਦੇ ਲੋਕ ਆਉਂਦੇ ਜਾਂਦੇ ਵੇਖਣ, ਤਾਂ ਕਿ ਮੁਗਲ ਹਕੂਮਤ ਦਾ ਤਹਿਤ ਇੰਨਾ ਹੋ ਜਾਵੇ ਕੋਈ ਮੁੜ ਕੇ ਮੁਗਲ ਹਕੂਮਤ ਦੇ ਵਿਰੁੱਧ ਆਵਾਜ਼ ਨਾ ਉਠਾਵੇ। ਸਾਰੇ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗੂ ਖਬਰ ਫੈਲ ਗਈ ਤੇ ਪਿਆਰਿਓ ਟੋਡਰ ਮੱਲ ਜੀ ਨੇ ਬੜੀਆਂ ਮੁਸ਼ਕਲਾਂ ਦੇ ਨਾਲ ਇਹ ਬਿਉਂਤਬੰਦੀ ਪਾਸ ਕਰਵਾਈ ਕਿ ਸੰਸਕਾਰ ਕਰਨ ਲਈ ਮੋਹਰਾਂ ਦੇਣੀਆਂ ਪੈਣੀਆਂ। ਟੋਡਰ ਮੱਲ ਨੇ ਆਪਣੇ ਘਰਵਾਲੀ ਦੇ ਸਹਿਯੋਗ ਨਾਲ ਥੈਲੇ ਵਿੱਚ ਮੋਹਰਾਂ ਪਾਈਆਂ ਤੇ ਸੂਬੇ ਸਰਹੰਦ ਦੀ ਕਚਹਿਰੀ ਵੱਲ ਨੂੰ ਜਾਂਦਾ ਹੈ। ਮਾਂ ਗੁਜਰੀ ਸਾਹਿਬ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਦੀ ਆਗਿਆ ਲੈਣ ਵਾਸਤੇ ਮੋਹਰਾਂ ਥੈਲੇ ਵਿੱਚ ਪਾ ਕੇ ਟੋਡਰ ਮੱਲ ਜਾਂਦਾ ਹੈ ਕਚਹਿਰੀ ਵੱਲ ਨੂੰ। ਧਿਆਨ ਉਹਦਾ ਉਸ ਜਗ੍ਹਾ 'ਤੇ ਜਾ ਜਾ ਕੇ ਵੱਜਦਾ ਹੈ ਜਿੱਥੇ ਦੋਨੋਂ ਛੋਟੇ ਸਾਹਿਬਜ਼ਾਦੇ ਅਤੇ ਮਾਂ ਮਾਤਾ ਗੁਜਰੀ ਸਾਹਿਬ ਦੀ ਲਾਸ਼ ਪਈ ਹੈ ਬਿਨਾਂ ਕਫਨ ਤੋਂ ਕਿਲੇ ਦੀ ਕੰਧ ਕੋਲ। ਉਸ ਵੇਲੇ ਪਿਆਰਿਓ ਟੋਡਰ ਮੱਲ ਨੇ ਉਹਨੇ ਘਰਦਿਆਂ ਨਾਲ ਵਿਚਾਰਾਂ ਕਰਕੇ ਮੋਹਰਾਂ ਥੈਲੇ ਪਾਈਆਂ ਨੇ, ਘਰਦਿਆਂ ਨਾਲ ਵਿਚਾਰਾਂ ਕਰਕੇ ਮੋਹਰਾਂ ਥੈਲੇ ਪਾਈਆਂ ਨੇ, ਲਾਸ਼ਾਂ ਦਾ ਦੀ ਓਤਰਿਆਂ ਦੀਆਂ ਅੱਖੀਆਂ ਮੂਹਰੇ ਆਈਆਂ ਨੇ, ਉਹ ਟੱਬਰ ਦਾ ਜੀ ਕੋਈ ਵੀ ਨਾ, ਟੱਬਰ ਦਾ ਜੀ ਕੋਈ ਵੀ ਨਾ ਅੰਤਮ ਦਰਸ਼ਨ ਕਰ ਲੈਂਦੇ, ਮਾਤ ਪਿਤਾ ਵੀ ਕੋਲੇ ਨਹੀਂ ਹੈ ਠੰਡੇ ਹੋ ਕੇ ਭਰ ਲੈਂਦੇ, ਉਹ ਮਾਤ ਪਿਤਾ ਵੀ ਕੋਲੇ ਨਹੀਂ ਹੈ ਠੰਡੇ ਹੋ ਕੇ ਭਰ ਲੈਂਦੇ, ਕੀ ਭਾਵੀ ਨੇ ਮਾਰਿਆ ਲੋੜਾ ਕਿਸੇ ਨਾਲ ਵੀ ਹੋਈ ਨਾ, ਕੀ ਭਾਵੀ ਨੇ ਮਾਰਿਆ ਲੋੜਾ ਕਿਸੇ ਨਾਲ ਵੀ ਹੋਈ ਨਾ, ਚਿਖਾ ਚਿਨਣ ਦੀ ਖਾਤਰ ਵੀ ਅੱਜ ਸੰਗੀ ਸਾਥੀ ਕੋਈ ਨਾ, ਉਹ ਦਿਲ ਨਾਲ ਗੱਲਾਂ ਕਰਦਾ ਜਾਂਦਾ ਬਈ, ਦਿਲ ਨਾਲ ਗੱਲਾਂ ਕਰਦਾ ਜਾਂਦਾ, ਸੇਵਕ ਕਲਗੀ ਧਰਦਾ ਜੋ ਤੁਰਿਆ ਜਾਂਦਾ, ਪੂੰਜੇ ਅੱਖੀਆਂ ਹੌਂਕੇ ਜਾਂਦਾ ਪਰਦਾ, ਉਹ ਤੁਰਿਆ ਜਾਂਦਾ ਪੂੰਜੇ ਅੱਖੀਆਂ ਹੌਂਕੇ ਜਾਂਦਾ ਪਰਦਾ। ਟੋਡਰ ਮੱਲ ਸੋਨੇ ਦੀਆਂ ਮੋਹਰਾਂ ਲੈ ਕੇ ਜਦ ਸਰਹੰਦ ਦੇ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਸੁੱਚਾਨੰਦ ਨੂੰ ਮਿਲਦਾ ਬਈ ਮੈਂ ਮੋਹਰਾਂ ਦੇਣ ਲਈ ਤਿਆਰ ਹਾਂ, ਮੋਹਰਾਂ ਲੈ ਆਇਆ, ਸੁੱਚਾਨੰਦ ਪਿਆਰਿਓ ਕਹਿੰਦਾ ਮੋਹਰਾਂ ਗਿਣਨ ਦੀ ਗੱਲ ਨਹੀਂ ਹੋਈ, ਮੋਹਰਾਂ ਚਿਣਨ ਦੀ ਗੱਲ ਹੋਈ ਹੈ। ਤੇ ਟੋਡਰ ਮੱਲ ਕਹਿਣ ਲੱਗਿਆ ਵਾਹਿਗੁਰੂ ਬਈ ਮੈਨੂੰ ਧਰਤੀ ਵਿਖਾਓ ਮੈਂ ਕਿੱਥੇ ਮੋਹਰਾਂ ਚਿਣ ਦਿਆਂ।
ਜਿੱਥੇ ਲਾਸ਼ਾਂ ਪਈਆਂ ਉੱਥੋਂ 2-1.5 ਕਿਲੋਮੀਟਰ ਲੈ ਗਿਆ ਜੰਗਲ ਬੀਆਬਾਨ ਵਿੱਚ, ਜਿੱਥੇ ਅੱਜ ਜੋਤੀ ਸਰੂਪ ਗੁਰਦੁਆਰਾ ਸਾਹਿਬ। ਵਾਹਿਗੁਰੂ। ਜਿੱਥੇ ਦਿਨ ਵੇਲੇ ਵੀ ਕੋਈ ਡਰਦਾ ਨਹੀਂ ਸੀ ਜਾਂਦਾ, ਉਸ ਜਗ੍ਹਾ ਤੇ ਸੁੱਚਾ ਆਨੰਦ ਟੋਡਰ ਮੱਲ ਨੂੰ ਲੈ ਗਿਆ ਭਈ ਇਸ ਜਗ੍ਹਾ ਤੇ ਸਾਫ ਕਰਕੇ ਮੋਹਰਾਂ ਵਿਛਾ। ਜਦ ਥੈਲੇ ਵਿੱਚੋਂ ਕੱਢ ਕੇ ਸਾਫ ਕਰਕੇ ਟੋਡਰ ਮੱਲ ਨੇ ਧਰਤੀ ਤੇ ਮੋਹਰਾਂ ਵਿਛਾ ਦਿੱਤੀਆਂ, ਸੁੱਚਾ ਆਨੰਦ ਨੂੰ ਕਹਿੰਦਾ ਵੀ ਵੇਖ ਪ੍ਰਵਾਨ ਕਰ, ਠੀਕ ਹੈ। ਸੁੱਚਾ ਆਨੰਦ ਨੇ ਵੇਖਿਆ ਭਈ ਇਹ ਤੇ ਥੋੜੀਆਂ ਲੱਗੀਆਂ ਪੈਵੇਂ ਨੋਟ, ਜਾ ਕੇ ਸੂਬੇ ਨੂੰ ਉਂਗਲ ਲਾਈ, ਲੂਤੀ ਲਾਈ, ਇਹਦੇ ਕੋਲ ਤੇ ਅਜੇ ਹੋਰ ਬੜਾ ਧਨ ਖਜ਼ਾਨਾ ਹੈ, ਇਹਨੂੰ ਕਹਿ ਖੜੀਆਂ ਕਰ। ਜਦ ਥੈਲੇ ਵਿੱਚੋਂ ਕੱਢ ਕੇ ਚੁਣੀਆਂ ਧਰਤੀ ਤੇ ਫਿਰ ਮੋਹਰਾਂ ਨੇ, ਫਿਰ ਵੀ ਸਬਰ ਨਹੀਂ ਹੈ ਕਰਿਆ ਜ਼ਾਲਮ ਆਦਮ ਖੋਰਾਂ ਨੇ, ਬਈ ਧਰਤੀ ਉੱਤੇ ਚੁਣੀਆਂ ਮੋਹਰਾਂ ਸੂਬੇ ਠੁਕਰਾਈਆਂ ਨੇ, ਉਹ ਖੜਮੇ ਲੋਟ ਕੇ ਹਾਸੀ ਤੈਨੂੰ ਇਹ ਤੱਕ ਮੈਂ ਵਿਛਾਈਆਂ ਨੇ, ਉਹ ਖੜਮੇ ਲੋਟ ਕੇ ਹਾਸੀ ਤੈਨੂੰ ਇਹ ਤੱਕ ਮੈਂ ਵਿਛਾਈਆਂ ਨੇ, ਜਾਏ ਵੀ ਆਪਣੇ ਘਰ ਨੂੰ ਲੈ ਜਾ, ਇਹ ਵੀ ਆਪਣੇ ਲੈ ਜਾ, ਫਿਰ ਹੋਰ ਲਿਆ ਸੇਠ ਪੂਰਾ ਮੁੱਲ ਦਿੱਤੇ ਬਿਨ ਤੂੰ ਨੀ ਸਕਦਾ ਨਖਾ ਬਣਾ ਸੇਠਾ, ਉਹ ਪੂਰਾ ਮੁੱਲ ਦਿੱਤੇ ਬਿਨ ਤੂੰ ਨੀ ਸਕਦਾ ਚਿਖਾ ਬਣਾ ਸੇਠਾ। ਜੋਰਾ ਸਿੰਘਾ ਟੁੱਟ ਗਿਆ ਦਿਲ, ਨੈਣਾ ਵਿੱਚ ਜਲ ਭਰ ਆਇਆ, ਟੋਡਰ ਮੱਲ ਰਸੂਲਪੁਰੀ ਮੁੜ ਹੌਂਕੇ ਲੈਂਦਾ ਕਰ ਆਇਆ, ਟੋਡਰ ਮੱਲ ਰਸੂਲਪੁਰੀ ਮੁੜ ਹੌਂਕੇ ਲੈਂਦਾ ਕਰ ਆਇਆ। ਪਿਆਰਿਓ, ਸੂਬੇ ਨੇ ਮੋਹਰਾਂ ਕੇ ਠੁਕਰਾ ਦਿੱਤੀਆਂ, ਵਾਹਿਗੁਰੂ, ਬਈ ਇਹਨਾਂ ਨੂੰ ਖੜਮੇ ਲੋਟ ਕਰ, ਨਹੀਂ ਇਹ ਵੀ ਚੱਕ ਲੈ ਘਰ ਨੂੰ ਲੈ ਜਾ, ਕੀ ਲੋੜ ਸੀ ਐਡਾ ਕੰਮ ਕਰਨ ਤੇ। ਪਿਆਰਿਓ, ਦਿਲ ਟੁੱਟ ਗਿਆ, ਮਨ ਵਿੱਚ ਆਉਂਦਾ ਟੋਡਰ ਮੱਲ ਦੇ ਮਨਾਂ, ਮੈਂ ਕਿਹਦਾ ਦਰਵਾਜ਼ਾ ਖੜਕਾਵਾਂ, ਕਿਹਨੂੰ ਜਾ ਕੇ ਆਖਾਂ। ਉਵੇਂ ਹੀ ਥੈਲੇ ਵਿੱਚ ਮੋਹਰਾਂ ਪਾ ਲਈਆਂ, ਚੁੱਪ ਕਰਕੇ ਮੋਢੇ 'ਤੇ ਰੱਖੀਆਂ ਅਤੇ ਆਪਣੇ ਘਰ ਲੈ ਗਿਆ। ਮਾਂ ਗੁਜਰੀ ਸਾਹਿਬ ਅਤੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਬਿਨਾਂ ਕਫਨ ਤੋਂ ਉੱਥੇ ਪਈਆਂ ਚੌਂਕ ਵਿੱਚ। ਵਾਹਿਗੁਰੂ। ਇਹ ਜਦ ਘਰ ਮੁੜ ਕੇ ਗਿਆ, ਇਹਦੇ ਘਰ ਵਾਲੀ ਬੀਬੀ ਹੈ ਕਿਸ਼ਨਾ ਦੇਵੀ, ਉਹ ਪੁੱਛਣ ਲੱਗੀ ਹੈ ਪਤੀ ਦੇਵ ਕੀ ਗੱਲ, ਮੋਹਰਾਂ ਵੀ ਮੋੜ ਲਿਆਏ, ਨੀਵੀਂ ਪਾ ਕੇ ਕਿਉਂ ਬੈਠ ਗਏ, ਆਗਿਆ ਮਿਲੀ ਨਹੀਂ ਕੀ ਕਹਿੰਦੇ। ਟੋਡਰ ਮੱਲ ਕਹਿੰਦਾ, ਕਹਿੰਦਾ ਸੁਣ ਲੈ ਪੱਗ ਵਾਲੀਏ, ਮੈਂ ਕਿਉਂ ਮੁੜ ਆਇਆ, ਸੁਣ ਲੈ ਪੱਗ ਵਾਲੀਏ, ਮੈਂ ਕਿਉਂ ਮੁੜ ਆਇਆ, ਮੈਨੂੰ ਕਿਹੜੀ ਗੱਲ ਨੇ ਫਿਕਰਾਂ ਵਿੱਚ ਪਾਇਆ, ਮੈਨੂੰ ਕਿਹੜੀ ਗੱਲ ਨੇ ਫਿਕਰਾਂ ਵਿੱਚ ਪਾਇਆ, ਮੈਨੂੰ ਕਿਹੜੀ ਗੱਲ ਨੇ ਫਿਕਰਾਂ
ਪਾਇਆ।